ਘਰ ਚ ਗੁਲਾਮ ਬਣਾ ਕੇ ਰੱਖੀ 13 ਸਾਲ ਦੀ ਬੱਚੀ। ਡਸਟਬਿਨ ਚੋਂ ਖਾਣਾ ਚੁੱਕ ਕੇ ਖਾਂਦੀ ਦੀ ਵੀਡੀਓ ਹੋਈ ਵਾਇਰਲ। ਇੱਕ ਐਨਜੀਓ ਨੇ ਬੱਚੀ ਨੂੰ ਕੀਤਾ ਰੈਸਕਿਊ। ਉਹ ਬੱਚੀ ਭੱਜ ਕੇ ਆ ਕੇ ਮੈਨੂੰ ਜੱਫੀ ਪਾ ਕੇ ਰੋਣ ਲੱਗ ਗਈ, ਕਹਿੰਦੀ ਮਨਵੀਰ ਦੀਦੀ ਮੈਨੂੰ ਇੱਥੋਂ ਕਢਾਓ, ਮੈਨੂੰ ਬਹੁਤ ਕੁੱਟਦੀ ਆਂਟੀ। ਪੀਜੀ ਦੀ ਮਾਲਕਣ ਤੇ ਮਾਮਲਾ ਕੀਤਾ ਗਿਆ ਦਰਜ ਤੇ ਅਸੀਂ 100 ਨੰਬਰ ਤੇ ਕਾਲ ਕਰਨ ਦੀ ਗੱਲ ਕਹੀ ਤਾਂ ਮਤਲਬ ਉਸ ਗੱਲ ਤੇ ਵੀ ਉਹ ਮੰਨ ਲਓ ਉਹਨਾਂ ਨੂੰ ਕੋਈ ਐਂ ਲੱਗਦਾ ਸੀ ਕੋਈ ਗੱਲ ਹੀ ਨਹੀਂ, ਕੋਈ ਫਰਕ ਹੀ ਨਹੀਂ ਪੈਂਦਾ ਕਿਸੇ ਚੀਜ਼ ਦੇ ਨਾਲ। ਜਦ ਤੱਕ ਬੱਚੀ ਨਹੀਂ ਸਾਹਮਣੇ ਆਈ ਮਤਲਬ ਉਹ ਸਾਨੂੰ ਥੜੇ ਨਹੀਂ ਸੀ ਚੱਲਦੇ। ਬੀਤੇ ਦਿਨੀ ਲੁਧਿਆਣਾ ਦੇ ਇੱਕ ਪਾਸ਼ ਏਰੀਏ ਦੇ ਵਿੱਚ ਇੱਕ ਪੀਜੀ ਦੇ ਵਿੱਚ 12-13 ਸਾਲ ਦੀ ਇੱਕ ਬੱਚੀ ਨੂੰ ਰੈਸਕਿਊ ਕੀਤਾ ਗਿਆ ਸੀ। ਉਹਨੂੰ ਗੁਲਾਮ ਬਣਾ ਕੇ ਰੱਖਿਆ ਗਿਆ ਸੀਗਾ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਜਿਹੜੇ ਸਿਰਮੌਰ ਨੇ ਗੁਰਪ੍ਰੀਤ ਜੀ ਉਹ ਅਤੇ ਉਹਨਾਂ ਦੀ ਟੀਮ ਅਤੇ ਚਾਈਲਡ ਵੈਲਫੇਅਰ ਸੁਸਾਇਟੀ ਵਾਲਿਆਂ ਨੇ ਰਲ ਕੇ ਇੱਕ ਜਿਹੜਾ ਰੈਸਕਿਊ ਆਪਰੇਸ਼ਨ ਚਲਾਇਆ ਸੀਗਾ। ਉਹਦੇ ਵਿੱਚ ਉਹ ਬੱਚੀ ਨੂੰ ਉੱਥੋਂ ਕੱਢ ਕੇ ਲਿਆਂਦਾ, ਰੈਸਕਿਊ ਕਰਕੇ ਲਿਆਂਦਾ ਅਤੇ ਇੱਥੇ ਜਿਹੜਾ ਹੈਗਾ ਵਾ ਅਤੇ ਉਸ ਬੱਚੀ ਨੂੰ ਵੀ ਰੱਖਿਆ ਗਿਆ ਅਤੇ ਤਲਵੰਡੀ ਧਾਮ ਜਿਹੜੀ ਹੈਗੀ ਬਾਲ ਹੋਮ ਹੈਗਾ ਆ ਉੱਥੇ ਰੱਖਿਆ ਗਿਆ ਆ। ਅਤੇ ਜਾਣਕਾਰੀ ਦੇਣ ਵਾਸਤੇ ਮਨੁੱਖਤਾ ਦੀ ਸੇਵਾ ਦੇ ਜਿਹੜੇ ਸਿਰਮੌਰ ਨੇ ਉਹ ਸਾਡੇ ਨਾਲ ਨੇ, ਗੁਰਪ੍ਰੀਤ ਸਿੰਘ ਜੀ। ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ। ਸ਼ੁਕਰੀਆ ਬਾਈ ਜੀ, ਬਹੁਤ ਬਹੁਤ ਧੰਨਵਾਦ। ਬਾਈ ਜੀ ਕੀ ਸੀਗਾ, ਕਿੱਦਾਂ ਤੁਹਾਨੂੰ ਖਬਰ ਮਿਲੀ ਸੀ ਕਿ ਵੀ ਉਹ ਬੱਚੀ ਉੱਥੇ ਹੈਗੀ ਆ ਅਤੇ ਕਿੰਨੀ ਦੇਰ ਤੋਂ ਇਹ ਓਪਰੇਸ਼ਨ ਚੱਲ ਰਿਹਾ ਸੀ ਅਤੇ ਕਿੱਦਾਂ ਤੁਸੀਂ ਉਸ ਬੱਚੀ ਨੂੰ ਰੈਸਕਿਊ ਕੀਤਾ? ਬਿਲਕੁਲ ਵੀਰ ਜੀ, ਪਹਿਲਾਂ ਤਾਂ ਇਸ ਸਾਰੇ ਰੈਸਕਿਊ ਦੇ ਪਿੱਛੇ ਸਾਡੀ ਇੱਕ ਜਿਹੜਾ ਮੋਟਿਵ ਸੀ ਮੇਨ ਸਾਡਾ ਇਹ ਆ ਵੀ ਇਸ ਤਰ੍ਹਾਂ ਦੇ ਐਡੇ ਐਡੇ ਉੱਚੇ ਮਕਾਨ, ਐਡੇ ਉੱਚੇ ਅਹੁਦੇ, ਐਡੀਆਂ ਪੌਸ਼ ਇਲਾਕਿਆਂ ਦੇ ਵਿੱਚ ਜਿਹੜਾ ਕਰੀਮ ਰਹਿੰਦੀ ਹੈ ਸਾਡੇ ਪੰਜਾਬ ਦੀ, ਤਕੜੇ ਅਮੀਰ ਲੋਕ ਰਹਿੰਦੇ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਨੌਕਰੀਆਂ ਅਤੇ ਆਪਣਾ ਹੈ ਨਾ ਜੀਵਨ ਕੱਢਿਆ, ਉਹਨਾਂ ਦੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਬੱਚੇ ਬੱਚੀਆਂ ਤੋਂ ਕੰਮ ਕਰਾਇਆ ਜਾਂਦਾ, ਚਾਈਲਡ ਲੇਬਰ ਕਰਾਈ ਜਾਂਦੀ ਹੈ ਉਹਨਾਂ ਤੋਂ, ਨਾਲ ਉਹਨਾਂ ਦੀ ਕਰੂਰਟੀ ਕੀਤੀ ਜਾਂਦੀ ਆ। ਇਹਦੇ ਤੋਂ ਅਸੀਂ ਜਾਗਰੂਕ ਕਰਨ ਵਾਸਤੇ ਸਾਨੂੰ ਪਹਿਲਾਂ ਵੀ ਬਹੁਤ ਸਾਰੇ ਇੱਦਾਂ ਦੇ ਪਤਾ ਲੱਗਦੇ ਸੀ ਜਾਂ ਕੋਈ ਮੂਹਰੇ ਨਹੀਂ ਸੀ ਆਉਂਦਾ ਜਾਂ ਚੱਜ ਨਾਲ ਕੋਈ ਤੱਤ ਨਹੀਂ ਸੀ ਪੇਸ਼ ਕਰਦਾ, ਅਤੇ ਇਹਦੇ ਵਿੱਚ ਸਾਨੂੰ 26 ਤਰੀਕ ਨੂੰ ਬਲਵੀਰ ਕੌਰ ਭੈਣ ਆ ਉਹਨੇ ਸਾਨੂੰ ਕਾਲ ਕੀਤੀ, ਕਹਿੰਦੀ ਵੀਰੇ ਮੈਂ ਪੀ ਜੀ ਦੇ ਵਿੱਚ ਰਹਿੰਦੀ ਹੁੰਦੀ ਸੀ, ਉੱਥੇ ਇੱਕ ਬੱਚੀ ਉਹਨਾਂ ਦੇ ਘਰ ਰੱਖੀ ਹੋਈ ਹੈ ਵੀ ਉਹਨੂੰ ਬਹੁਤ ਕੁੱਟਮਾਰ ਕਰਦੇ ਸੀ, ਵੀ ਜਦੋਂ ਵੀ ਅਸੀਂ ਇੰਟਰਫੇਅਰ ਕਰਦੇ ਜਾਂ ਉਹਨਾਂ ਨੂੰ ਕਹਿੰਦੇ ਪਰਿਵਾਰ ਨੂੰ ਅਤੇ ਉਹ ਸਾਨੂੰ ਕਹਿੰਦੇ ਸਾਡਾ ਫੈਮਿਲੀ ਮੈਟਰ ਆ, ਵੀ ਬੱਚੀ ਤੋਂ ਰਾਤ ਤੱਕਰ ਕੰਮ ਕਰਾਉਂਦੇ ਪ੍ਰੋਪਰ, ਉਹਨੂੰ ਰੋਟੀ ਵੀ ਨਹੀਂ ਦਿੰਦੇ, ਕੁੱਟਦੇ ਵੀ ਬਹੁਤ ਆ। ਤਾਂ ਵੀ ਚਲੋ ਅਸੀਂ ਉਦੋਂ ਵੀ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਸਾਡੀ ਕੋਈ ਬਾਹਰ ਨਹੀਂ ਚੱਲੀ। ਵੀ ਹੁਣ ਕੱਲ੍ਹ ਮੈਂ ਉਹਨਾਂ ਦੇ ਘਰ ਦੇ ਮੂਹਰ ਦੀ ਲੰਘੀ ਜਾਂਦੀ ਸੀ ਤਾਂ ਉਹ ਬੱਚੀ ਭੱਜ ਕੇ ਆ ਕੇ ਮੈਨੂੰ ਜੱਫੀ ਪਾ ਕੇ ਰੋਣ ਲੱਗ ਗਈ, ਕਹਿੰਦੀ ਮਲਵੀਰ ਦੀਦੀ ਮੈਨੂੰ ਇੱਥੋਂ ਕਢਾਓ, ਮੈਨੂੰ ਬਹੁਤ ਕੁੱਟਦੀ ਆਂਟੀ। ਤਾਂ ਉਹਨੇ ਉਹ ਗੱਲ ਕਰਕੇ ਉਹਦੇ ਨਾਲ ਵੀਡੀਓ ਬਣਾ ਲਈ, ਇਹ ਗੱਲ ਕਹਿੰਦੀ ਤੀ ਬੱਚੀ ਦੀ, ਅਤੇ ਉਹ ਵੀਡੀਓ ਸਾਨੂੰ ਭੇਜੀ ਅਤੇ ਉਹ ਵੀਡੀਓ ਦੇ ਵਿੱਚ ਬੱਚੀ ਦਾ ਬੁੱਲ ਸੁੱਜਿਆ ਹੋਇਆ ਜਿਹਦੇ 'ਚ ਉਹਨੇ ਇਹ ਗੱਲ ਕਹੀ ਆ ਵੀ ਮੈਨੂੰ ਆਂਟੀ ਮਾਰਦੀ ਹੈ, ਮੇਰੇ ਤੋਂ ਕੰਮ ਕਰਾਉਂਦੀ ਹੈ ਸਾਰਾ ਦਿਨ, ਮੈਨੂੰ ਇੱਥੋਂ ਬਚਾਓ, ਅਤੇ ਮੇਰੇ ਪਾਪਾ ਮੈਨੂੰ ਇੱਥੇ ਛੱਡ ਕੇ ਚਲੇ ਗਏ, 3 ਸਾਲ ਹੋ ਗਏ, 4 ਮੁੜ ਕੇ ਆਏ ਨਹੀਂ ਪਾਪਾ। ਅਤੇ ਫਿਰ ਅਸੀਂ ਉਹ ਵੀਡੀਓ ਦੇ ਬਿਹਾਵ 'ਤੇ ਗੱਲ ਕੀਤੀ SDM ਸਾਹਿਬ ਲੁਧਿਆਣਾ, ਜਿਹੜੇ ਬੈਸਟ ਨੇ SDM ਆਪਣੇ ਹਰਿੰਦਰ ਸਿੰਘ ਬੇਦੀ ਜੀ, ਉਹ ਬਹੁਤ ਹੀ ਚੰਗੇ ਅਫਸਰ ਨੇ, ਉਹਨਾਂ ਨੇ ਆਪਣੀ ਡਿਊਟੀ ਨਿਭਾਉਂਦੇ ਆ। ਜਦੀ ਕਾਲ ਕਰਕੇ ਸਾਡੇ ਨਾਲ ਡਿਊਟੀ ਲਾਈ ਰਸ਼ਮੀ ਮੈਡਮ ਦੀ, ਅਤੇ ਫਿਰ ਉਹ ਸਾਡੇ ਨਾਲ ਮੌਕੇ 'ਤੇ ਗਏ, ਅਸੀਂ ਉੱਥੋਂ ਜਾ ਕੇ ਉਸ ਬੱਚੀ ਨੂੰ ਰੈਸਕਿਊ ਕਰਨ ਜਦੋਂ ਗਏ, ਤੁਸੀਂ ਉਹ ਵੀਡੀਓ ਰਾਹੀਂ ਸਾਰਿਆਂ ਨੇ ਦੇਖਿਆ ਕਿੱਦਾਂ ਉਹ ਪਰਿਵਾਰ ਸਾਡੇ ਨਾਲ ਬਿਹੇਵ ਕਰ ਰਿਹਾ ਸੀ, ਕਿੱਦਾਂ ਅਸੀਂ ਬੜੀ ਮੁਸ਼ਕਲ ਨਾਲ ਅੰਦਰ ਵੜ ਕੇ ਬੱਚੀ ਨੂੰ ਲੁਕੋਇਆ ਹੋਇਆ ਸੀ ਅੰਦਰ ਬਿਸਤਰਿਆਂ ਦੇ ਵਿੱਚ, ਕੋਠੀ ਦੇ ਪਿੱਛੇ ਬੈਕ ਸਾਈਡ 'ਤੇ ਜਿੱਥੇ ਉਹਨਾਂ ਨੇ ਸਟੋਰ ਬਣਾਇਆ ਸੀ, ਵਾਧੂ ਸਮਾਨ ਸਿੱਟਿਆ ਹੋਇਆ ਸੀ, ਉੱਥੇ ਹੀ ਬੱਚੀ ਸੌਂਦੀ ਸੀ ਥੱਲੇ ਰਾਤ ਨੂੰ, ਬੱਚੀ ਦੇ ਠੰਡ ਦੇ ਵਿੱਚ ਪਤਲੇ ਕੱਪੜੇ ਪਾਏ ਹੋਏ, ਪੈਰਾਂ 'ਚ ਚੱਪਲਾਂ ਵੀ ਪਾਈਆਂ ਨਹੀਂ ਸੀਗੀਆਂ, ਸਾਰਾ ਦਿਨ ਇੱਦਾਂ ਹੀ ਰਹਿੰਦੀ ਸੀ ਬੱਚੀ। ਜਿਹੜੇ ਉਹਦੇ ਕੱਪੜੇ ਪਾਏ ਸੀ ਬੱਚੀ ਦੇ, ਉਹ ਵੱਡੇ ਜਿਵੇਂ ਆਂਟੀ ਸੀ ਜਿਹੜਾ ਉਹਦਾ ਪੁਰਾਣਾ ਟੌਪ ਉਹਨੇ ਪਾਇਆ, ਵਿਚਾਰੀ ਨੇ ਥੱਲੇ ਪਜਾਮਾ ਫਟਿਆ ਹੋਇਆ ਉਹਦੇ ਪਾਇਆ ਪਤਲਾ ਗਰਮੀਆਂ ਵਾਲਾ,
ਤੇ ਸਾਰਾ ਦਿਨ ਤਾਂ ਭਾਈ ਉਹਨੂੰ ਰਸੋਈ ਦੇ ਵਿੱਚ ਜਾਂ ਝਾੜੂ ਲਵਾਈ ਜਾਣਾ ਜਾਂ ਕੱਪੜੇ ਧਵਾਈ ਜਾਣੇ ਬੱਚੀ ਨੂੰ, ਪਤਾ ਨਹੀਂ ਉਹ ਮਾੜੇ ਕਰਮਾਂ ਵਾਲੇ ਜਿਹੜੇ ਉਹਦੇ ਮਾਂ ਪਿਓ ਸੀ, ਕਹਿੰਦੇ ਮਾਂ ਤਾਂ ਉਹਦੀ ਦੱਸਦੇ ਆ ਵੀ ਡੈਥ ਹੋ ਗਈ ਸੀ ਬੱਚੀ, ਕਹਿੰਦੀ ਪੂਜਾ ਨਾਂ ਸੀ ਮੇਰੀ ਮੰਮੀ ਦਾ, ਛੋਟੀ ਜਿਹੀ ਹੁੰਦੀ ਤੋਂ ਹੀ ਕਹਿੰਦੀ ਉਹਨਾਂ ਦੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਕਹਿੰਦੀ ਪਾਪਾ ਨੇ ਹੋਰ ਵਿਆਹ ਕਰਾ ਲਿਆ ਅਤੇ ਮੈਨੂੰ ਪਾਪਾ ਇੱਥੇ ਛੱਡ ਗਏ। ਪਾਪਾ ਦਾ ਉਹਨੂੰ ਨਾਮ ਵੀ ਨਹੀਂ ਪਤਾ ਸੀ ਬੱਚੀ ਨੂੰ ਆਪਣੇ ਵੀ ਮੇਰੇ ਪਾਪਾ ਦਾ ਨਾਮ ਕੀ ਆ। ਮੈਂ ਉਹਨੂੰ ਪੁੱਛਿਆ ਪੁੱਤ ਪਾਪਾ ਤੇਰੇ ਬਹੁਤ ਪਿਆਰ ਕਰਦੇ ਸੀ ਤੈਨੂੰ, ਕਹਿੰਦੀ ਨਹੀਂ ਗੰਦੇ ਬੰਦੇ ਸੀ ਮੇਰੇ ਪਾਪਾ। ਹੁਣ ਉਹਦੇ ਲਫ਼ਜ਼ਾਂ ਦੇ ਵਿੱਚ ਉਸ ਬੱਚੀ ਦੇ ਇਸ ਗੰਦੇ ਬੰਦੇ ਦੇ ਵਿੱਚ ਕੀ ਛੁਪਿਆ ਕਿ ਉਹ ਆਪਾਂ ਬਿਆਨ ਨਹੀਂ ਕਰ ਸਕਦੇ, ਪਰ ਜੋ ਉਹਨੇ ਇੱਥੇ ਆ ਕੇ ਬਰਦਾਸ਼ਤ ਕੀਤਾ, ਜੋ ਇੱਥੇ ਆ ਕੇ ਉਹਨੇ ਤਸ਼ੱਦਦ ਸਿਹਾ, ਅਤੇ ਉਹ ਵੀ ਬਾਈ ਬਿਆਨ ਨਹੀਂ ਕੀਤਾ ਜਾ ਸਕਦਾ। ਦੇਖੋ ਕਿਸੇ ਦੀ ਮਜਬੂਰੀ ਨੂੰ ਖਰੀਦ ਲੈਣਾ, ਹੋ ਸਕਦਾ ਉਹਦੇ ਬਾਪ ਨੂੰ ਕੋਈ 5-10 ਹਜ਼ਾਰ ਰੁਪਈਆ ਦਿੱਤਾ ਹੋਵੇ ਉਸ ਟਾਈਮ, ਹੋ ਸਕਦਾ ਇਸ ਬੱਚੀ ਦੇ ਨਾਲ ਜੋ ਤਸ਼ੱਦਦ ਹੋ ਰਿਹਾ ਵਿਚਾਰੀ ਦੇ ਨਾਲ ਉਹਨੂੰ 3 ਸਾਲ ਨਾਲ ਵੱਧ ਹੋ ਗਏ ਹੋਣ, ਕਿਉਂਕਿ ਉਹਨੂੰ ਇਹ ਵੀ ਨਹੀਂ ਪਤਾ ਬੱਚੀ ਨੂੰ ਮੈਂ ਕਿੰਨੇ ਟਾਈਮ ਤੋਂ ਹਾਂ, ਕਿੰਨੇ ਸਾਲਾਂ ਤੋਂ ਇੱਥੇ ਹਾਂ, ਕਿੰਨੇ ਸਾਲ ਪਹਿਲਾਂ ਮੇਰੀ ਮੰਮੀ ਦੀ ਡੈਥ ਹੋਈ, ਉਹਨੂੰ ਆਪਣੇ ਬਾਪ ਦਾ ਨਾਮ ਵੀ ਯਾਦ ਨਹੀਂ। ਪਰ ਐਡੇ ਵੱਡੇ ਮਹਿਲ ਮਨਾਰਿਆਂ ਦੇ ਹੇਠਾਂ, ਐਡਾ ਇੰਨਾ ਮਹਿੰਗੀਆਂ ਛੱਤਾਂ ਦੇ ਥੱਲੇ, ਅਤੇ ਜਿਹੜੇ ਸੰਗਮਰਮਰ ਦੇ ਘਰ ਬਣਾਏ ਹੋਏ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ, ਇਸ ਤਰ੍ਹਾਂ ਦੇ ਹਾਲਾਤ, ਇਸ ਤਰ੍ਹਾਂ ਦੇ ਲੋਕ, ਬਹੁਤ ਮੰਨਣਯੋਗ ਆ। ਬਾਈ ਜੀ, ਉਹ ਜਿਹੜੀ ਲੇਡੀ ਸੀਗੀ ਜਿਹਦਾ ਪੀ ਜੀ ਸੀਗਾ ਅਤੇ ਜਾਂ ਉਹਦਾ ਬੇਟਾ ਸੀਗਾ, ਇਹ ਦੱਸਿਆ ਜਾਂਦਾ ਵੀ ਉਹ ਕਿਤੇ 1 ਕਲਾਸ ਅਫਸਰ ਰਹੀ ਹੈ ਪਹਿਲਾਂ, ਅਤੇ ਬੜੇ ਹਾਈਪਰ ਹੋ ਰਹੇ ਸੀਗੇ ਉਹ ਜਦੋਂ ਤੁਹਾਡੀ ਟੀਮ ਉੱਥੇ ਗਈ ਹੈ, ਅਤੇ ਕੀ ਕਹਿਣਾ ਚਾਹੁੰਦੇ? ਬਿਲਕੁਲ ਵੀਰੇ, ਜਿਨ੍ਹਾਂ ਨੇ ਅਫਸਰੀਆਂ ਹੰਢਾਈਆਂ ਵਾ ਉਹ ਤਾਂ ਵੈਸੇ ਹੀ ਰੋਹਬ ਮਾਰਨ ਦਾ ਤਾਂ ਉਹਨਾਂ ਦੇ ਹੁਣ ਆ ਜਾਂਦਾ ਵਿੱਚ ਵੀ ਅਸੀਂ ਤਾਂ ਅਫਸਰ ਹਾਂ, ਅਤੇ ਉਸੇ ਤਰ੍ਹਾਂ ਹੀ ਸਾਡੇ ਨਾਲ ਗੱਲ ਕਰਦੇ ਸੀ, ਉਹਨਾਂ ਨੇ ਸਾਨੂੰ ਜਾਂਦੇ ਸਾਰ ਪਹਿਲਾਂ ਹੀ ਇਸ ਗੱਲ ਦਾ ਹੀ ਰੋਹਬ ਪਾਇਆ ਵੀ ਮੈਂ ਕਲਾਸ 1 ਅਫਸਰ ਰਹੇ ਹਾਂ, ਅਤੇ ਫਿਰ ਉਹਨਾਂ ਨੇ ਸਾਨੂੰ ਉੱਥੇ ਅੰਦਰ ਵੜਨ ਤੋਂ ਰੋਕਣ ਦੇ ਲਈ ਬੜੇ ਉਹਨਾਂ ਨੇ ਤਰਲੇ ਕੀਤੇ। ਅਸੀਂ 100 ਨੰਬਰ 'ਤੇ ਕਾਲ ਕਰਨ ਦੀ ਗੱਲ ਕਹੀ ਤਾਂ ਮਤਲਬ ਉਸ ਗੱਲ 'ਤੇ ਵੀ ਉਹ ਮੰਨ ਲਓ ਉਹਨਾਂ ਨੂੰ ਕੋਈ ਐਂ ਲੱਗਦਾ ਸੀ ਵੀ ਕੋਈ ਗੱਲ ਹੀ ਨਹੀਂ, ਕੋਈ ਫਰਕ ਹੀ ਨਹੀਂ ਪੈਂਦਾ ਕਿਸੇ ਚੀਜ਼ ਦੇ ਨਾਲ, ਜਦ ਤੱਕਰ ਬੱਚੀ ਨਹੀਂ ਸਾਹਮਣੇ ਆਈ ਮਤਲਬ ਉਹ ਸਾਨੂੰ ਥੜੇ ਨਹੀਂ ਸੀ ਚੜ੍ਹ ਦਿੰਦੇ, ਅਤੇ ਬੱਚੀ ਨੂੰ ਲੈ ਕੇ ਆਉਣ ਤੋਂ ਬਾਅਦ ਬੱਚੀ ਨੂੰ ਵੀ ਡਰਾਈ ਜਾਂਦੇ ਸੀ, ਬੱਚੀ ਉਹਨਾਂ ਦੇ ਸਾਹਮਣੇ ਬੋਲਣੇ ਨਹੀਂ ਸੀ ਚਾਹੁੰਦੀ ਵਿਚਾਰੀ। ਪਰ ਝੂਠਾ ਤਾਂ ਬੰਦਾ ਝੂਠਾ ਹੀ ਹੈ ਬਾਈ, ਹੈ ਨਾ, ਜਿਹੜਾ ਬੰਦੇ ਨੇ ਮੰਨ ਲਓ ਝੂਠਾ ਵਾ ਉਹਨੇ ਰੌਲਾ ਪਾ ਕੇ ਆਪਦੇ ਆਪ ਨੂੰ ਸੱਚਾ ਕਰਨਾ ਹੁੰਦਾ, ਅਤੇ ਉਹਨਾਂ ਨੇ ਉੱਥੇ ਬਹੁਤ ਰੌਲਾ ਪਾਇਆ ਖੂਬ, ਪਰ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਰਹੀ ਸੱਚੇ ਪਾਤਸ਼ਾਹ ਦੀ, ਕਿਉਂਕਿ ਉਸ ਬੱਚੀ ਨੇ ਆਜ਼ਾਦ ਹੋਣਾ ਸੀ, ਉਹਦੀ ਜ਼ਿੰਦਗੀ 'ਚ ਕੁਛ ਚੰਗਾ ਹੋਣਾ, ਹੋ ਸਕਦਾ ਉਹ ਬੱਚੀ ਪੜ੍ਹ ਲਿਖ ਕੇ ਕੱਲ੍ਹ ਨੂੰ ਕੋਈ ਚੰਗਾ ਅਫਸਰ ਬਣੇ ਵਿਚਾਰੀ। ਅੱਜ ਉਹਨੇ ਕਦੇ ਸਕੂਲ ਵੀ ਨਹੀਂ ਦੇਖਿਆ ਸੀ, ਉਹਨੂੰ ਕੁਛ ਵੀ ਨਹੀਂ ਸੀ ਪਤਾ ਸਕੂਲ ਦਾ, ਉਹਨੂੰ ਸਾਰੀਆਂ ਗੱਲਾਂ ਆਉਂਦੀਆਂ ਸੀ, ਅੰਗਰੇਜ਼ੀ 'ਚ ਵੀ ਮੰਨ ਲਓ ਸਮਝ ਲੈਂਦੀ ਸੀ ਗੱਲ, ਕਿਉਂਕਿ ਉਹ ਸਿੱਖੀ ਹੋਈ ਸੀ, ਮਤਲਬ ਕਿੰਨੀ ਇੰਟੈਲੀਜੈਂਟ ਆ ਬੱਚੀ ਉਹ, ਮਤਲਬ ਉਹ ਸਾਰੀਆਂ ਗੱਲਾਂ ਫੋਨ ਨੂੰ ਚਲਾਉਣਾ ਜਾਂ ਹੋਰ, ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਮਾੜਾ ਮੋਟਾ ਦੇਖ ਦੇਖ ਕੇ ਉਹ ਸਿੱਖਦੀ ਰਹੀ ਸਾਰਾ ਕੁਛ, ਪਰ ਉਹਨੂੰ ਕਦੇ ਸਕੂਲ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਬਾਈ ਜੀ, ਹੁਣ ਬੱਚੀ ਕਿੱਥੇ ਹੈ ਅਤੇ ਕਿਸ ਹਾਲਾਤ 'ਚ? ਹੁਣ ਬੱਚੀ ਦਾ ਜੀ ਟ੍ਰੀਟਮੈਂਟ ਹੋਇਆ, ਡਾਕਟਰ ਨੇ ਮੈਡੀਕਲ ਚੈੱਕਅਪ ਹੋਇਆ, ਟੈਸਟ ਹੋ ਗਏ, ਰਿਪੋਰਟਾਂ 'ਚ ਆਉਣੀਆਂ ਸੀ। ਇਸ ਟਾਈਮ ਉਹ ਬਾਲ ਘਰ ਦੇ ਵਿੱਚ ਆ ਜੀ, ਤਲਵੰਡੀ ਧਾਮ, ਅਤੇ ਜਿੱਥੇ ਇੰਦਰਜੀਤ ਕੌਰ ਭੈਣ ਜੀ ਉਹਨਾਂ ਦੀ ਸਰਬਜੀਤ ਕੌਰ ਭੈਣ ਜੀ ਉਹਨਾਂ ਦੀ ਦੇਖ ਰੇਖ ਦੇ ਵਿੱਚ ਆ, ਅਤੇ ਉੱਥੇ ਉਹਨਾਂ ਦੀ ਬਾਬਾ ਭੂਰੀ ਵਾਲੇ ਬਾਬਾ ਜੀ ਉਹਨਾਂ ਦੀ ਜਿਹੜੀ ਬਣਾਏ ਛਤਰਛਾਇਆ ਹੇਠ ਬੱਚੀ ਬਹੁਤ ਵਧੀਆ ਖੁਸ਼ ਹੈ। ਮੇਰੀ ਗੱਲ ਹੋਈ ਸੀ ਫੋਨ 'ਤੇ ਵੀਰ ਜੀ ਉਹਨਾਂ ਨਾਲ, ਕੁਲਦੀਪ ਸਿੰਘ ਜੀ ਨਾਲ, ਉਹ ਦੱਸਦੇ ਆ ਵੀ ਬੱਚੀ ਬਿਲਕੁਲ ਠੀਕ ਹੈ ਜੀ, ਅਸੀਂ ਇਨਸਾਫ ਦਵਾਉਣ ਦੇ ਲਈ ਕੋਸ਼ਿਸ਼ ਕਰ ਰਹੇ ਹਾਂ, ਬੱਚੀ ਨੂੰ ਇਨਸਾਫ ਮਿਲੇ। ਸਰ, ਜਿਹੜੇ ਉਹ ਪਰਿਵਾਰ ਤੋਂ ਰੈਸਕਿਊ ਕਰਕੇ ਲਿਆਂਦੀ ਆ, ਅਤੇ ਉਹ ਪਰਿਵਾਰ 'ਤੇ ਕੀ ਕਾਰਵਾਈ ਹੋਈ? ਉਹਦੇ 'ਤੇ ਵੀਰ ਜੀ ਇੱਕ ਤਾਂ FIR ਦਰਜ ਹੋਈ ਹੈ, ਕਰੋਟੀ ਦੀ ਵੀ ਬੱਚੀ ਨਾਲ ਕੁੱਟਮਾਰ ਕੀਤੀ ਜਾਂਦੀ ਸੀ, ਇੱਕ ਉਹਨਾਂ ਨੇ ਚਾਈਲਡ ਲੇਬਰ ਦਾ ਵੀ ਜਿਹੜਾ ਹੈਗਾ FIR ਦੇ ਵਿੱਚ ਧਾਰਾ ਲੱਗੀ ਆ। ਬਾਕੀ ਸਭ ਤੋਂ ਵੱਡੀ ਧਾਰਾ ਤਾਂ ਜਿਹੜੀ ਸਮਾਜਿਕ ਤੌਰ 'ਤੇ ਉਹਨਾਂ ਨਾਲ ਹੋ ਰਹੀ ਆ। ਦੇਖੋ ਗੱਲ ਇਹ ਆ ਵੀ ਇੱਦਾਂ ਦੇ ਬੰਦਿਆਂ ਨੂੰ, ਇਸ ਤਰ੍ਹਾਂ ਦੇ ਬੰਦਿਆਂ ਨੂੰ ਐਕਸਪੋਜ਼ ਕਰਨਾ ਚਾਹੀਦਾ, ਲੋਕਾਂ ਨੂੰ ਪਤਾ ਲੱਗੇ ਵੀ ਇਹ ਮੰਨ ਲਓ ਜਿੱਦਾਂ ਦੇ ਡਬਲ ਫੇਸ ਲੋਕ ਸਾਡੇ ਵਿੱਚ ਰਹਿੰਦੇ ਆ, ਘੱਟੋ ਘੱਟ ਉਹਨਾਂ ਦਾ ਕਲੀਅਰ ਤਾਂ ਹੋਵੇ, ਲੋਕਾਂ ਨੂੰ ਜਾਗਰੂਕਤਾ ਹੋਵੇ, ਹੋਰ ਕੋਈ ਜੇ ਇੱਦਾਂ ਦੀ ਗਲਤੀ ਕਰਦਾ ਉਹਨੂੰ ਵੀ ਸਮਝ ਆਵੇ। ਸਜ਼ਾ ਤਾਂ ਸਭ ਤੋਂ ਵੱਡੀ ਇਹੀ ਹੈ ਜਿਹੜੀ ਸਮਾਜਿਕ ਤੌਰ 'ਤੇ ਮਿਲਦੀ ਹੈ ਬੰਦੇ।
ਤੇ ਸਰ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਕੋਈ ਅੱਜ ਕੱਲ੍ਹ ਹੋਰ ਵੀ ਇਸ ਤਰ੍ਹਾਂ ਦੇ ਹੋਰ ਵੀ ਬੱਚੀਆਂ ਜਿਹੜੀਆਂ ਹੈਗੀਆਂ ਜਿਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਗਿਆ ਆ, ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਦਬੀਆਂ ਹੋਈਆਂ, ਕੁਚਲੀਆਂ ਹੋਈਆਂ, ਜਾਂ ਬਹੁਤ ਪਰੇਸ਼ਾਨ ਜਿਹੜੇ ਲੋਕ ਨੇ, ਬੱਚੀਆਂ ਨੇ ਮਜਬੂਰੀ ਕਾਰਨ ਫਸੀਆਂ ਹੋਈਆਂ ਨੇ ਅਤੇ ਗੁਲਾਮ ਬਣਾ ਕੇ ਰੱਖਿਆ ਗਿਆ, ਅਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਲੋਕਾਂ ਨੂੰ ਤਾਂ ਵੀਰੇ ਇਹੀ ਹੈ ਯਾਰ, ਅਵੇਅਰਨੈਸ ਚਾਹੀਦੀ ਹੈ ਵੀਰੇ ਲੋਕਾਂ 'ਚ। ਦੇਖੋ ਆਪਾਂ ਆਪਣਾ ਫਰਜ਼ ਨਿਭਾਈਏ ਬਾਈ ਸਾਰੇ। ਹੁਣ ਉਹਨਾਂ ਦੇ ਆਂਢ ਗੁਆਂਢ ਦੇ ਲੋਕ ਜਾਂ ਕੋਈ ਹੋਰ ਜਿਨ੍ਹਾਂ ਨੂੰ ਕਿ ਸਾਰਿਆਂ ਨੂੰ ਪਤਾ ਸੀ ਬਾਈ ਕਿਸੇ ਨੇ ਆਵਾਜ਼ ਕਿਉਂ ਨਹੀਂ ਉਠਾਈ ਪਹਿਲਾਂ, ਇੰਨੇ ਸਾਲ ਬੱਚੀ ਨੂੰ ਉੱਥੇ ਤਸ਼ੱਦਰ ਸਹਿੰਦਿਆਂ ਨੂੰ ਹੋ ਗਏ, ਉੱਥੇ ਲੋਕ ਦੱਸਦੇ ਸੀ ਕਈ ਬੰਦੇ ਬਾਈ ਇਹ ਰਾਤ ਨੂੰ 2 ਵਜੇ ਤੱਕ ਬਾਹਰ ਬੈਠੀ, ਕਈ ਵਾਰੀ ਹੁੰਦੀ ਸੀ ਘਰੋਂ ਕੱਢ ਦਿੰਦੇ ਸੀ ਕੁੱਟ ਕੇ ਉਹਨੂੰ, ਘੂਰ ਕੇ ਡਰਦੀ ਵਿਚਾਰੀ ਜਾਵੇ ਕਿੱਥੇ, ਉਹਨੂੰ ਕੋਈ ਹੈ ਹੀ ਨਹੀਂ, ਬਾਹਰ ਖਾ ਜੂ ਕੋਈ, ਉਹਨੂੰ ਐਂ ਲੱਗਦਾ ਵੀ ਮੈਨੂੰ ਦੁਨੀਆ ਨੇ ਰਹਿਣ ਦੇਣਾ ਕਿਤੇ। ਤਾਂ ਫਿਰ ਉਹਨੂੰ ਚੀਕਾਂ ਸੁਣਦੇ ਸੀ ਲੋਕ, ਕੋਈ ਕਿਉਂ ਨਹੀਂ ਆਇਆ ਮੂਹਰੇ ਅੱਗੇ, ਉਹ ਬੱਚੀ ਨੂੰ ਕਦੇ ਦੇਖਿਆ ਹੀ ਨਹੀਂ ਕਿਸੇ ਚੰਗੇ ਕੱਪੜੇ ਪਾ ਕੇ ਘੁੰਮਦੇ ਆ, ਕਿਸੇ ਨੇ ਵੀ ਨਹੀਂ ਬੋਲਿਆ। ਸਾਡੀ ਸੰਗਤ ਨੂੰ ਲੋਕਾਂ ਨੂੰ ਇਹੀ ਬੇਨਤੀ ਆ ਵੀ ਜੇ ਤੁਹਾਨੂੰ ਵਾਹਿਗੁਰੂ ਨੇ ਜਵਾਨ ਦਿੱਤੀ, ਅੱਖਾਂ ਦਿੱਤੀਆਂ, ਹੱਥ ਪੈਰ ਦਿੱਤੇ ਆ, ਇਹਨੂੰ ਕਿਸੇ ਹੋਰ ਲਈ ਵਰਤੋ ਯਾਰ ਬਾਈ, ਕਿਸੇ ਦੀ ਜ਼ਿੰਦਗੀ 'ਚ ਭਲਾ ਕਰਨ ਦੇ ਲਈ ਥੋੜ੍ਹੀ ਬਹੁਤੀ ਤਾਂ ਆਵਾਜ਼ ਉਠਾਉਣੀ ਸਿੱਖੋ। ਆਪਾਂ ਕਹਿੰਦੇ ਆਪਾਂ ਕੀ ਲੈਣਾ, ਛੱਡੋ ਆਪਾਂ ਨੂੰ ਕੀ ਆ, ਨਹੀਂ, ਇੱਕ ਦਿਨ ਇੱਕ ਅੱਗ ਆਪਣੇ ਘਰ ਤੱਕ ਆਊਗੀ, ਫਿਰ ਆਪਣੇ ਨਾਲ ਵੀ ਇੱਦਾਂ ਹੀ ਹੋਊ। ਵਾਹਿਗੁਰੂ ਜੀ ਖਾਲਸਾ ਆਵੇਗੀ ਫਤਿਹ। ਸੋ ਗੱਲ ਬਿਲਕੁਲ ਸਹੀ ਕਹੀ ਹੈ ਇਹਨਾਂ ਨੇ, ਇਹ ਗੁਰਪ੍ਰੀਤ ਸਿੰਘ ਸੀਗੇ, ਸੁਪਨਿਆਂ ਦਾ ਘਰ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਜਿਹੜੇ ਹੈਗੇ ਆ ਕਰਤਾ ਧਰਤਾ ਨੇ। ਅਤੇ ਆਪਣੇ ਆਲੇ ਦੁਆਲੇ ਵੀ ਜਿਹੜੇ ਹੈਗੇ ਨੇ ਕੁਛ ਐਸੀਆਂ ਬੱਚੀਆਂ ਹੋ ਸਕਦੀਆਂ ਜਿਨ੍ਹਾਂ ਨੂੰ ਗੁਲਾਮ ਬਣਾ ਕੇ ਰੱਖਿਆ ਗਿਆ, ਅਤੇ ਆਪਾਂ ਨੂੰ ਵੀ ਜ਼ਰੂਰਤ ਹੈ, ਜਾਗਰੂਕ ਹੋਣ ਦੀ ਜ਼ਰੂਰਤ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਇਹੋ ਜਿਹੇ ਜਿਹੜੀਆਂ ਬੱਚੀਆਂ ਨੇ ਅਤੇ ਉਹਨਾਂ ਨੂੰ ਰੈਸਕਿਊ ਕੀਤਾ ਜਾਵੇ, ਅਤੇ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾਵੇ, ਕਿਉਂਕਿ ਉਹਨਾਂ ਦਾ ਵੀ ਦਿਲ ਕਰਦਾ ਵੀ ਅਸੀਂ ਵੀ ਅੱਛੇ ਅੱਛੇ ਕੱਪੜੇ ਪਾਈਏ, ਅਸੀਂ ਵੀ ਸਕੂਲ ਜਾਈਏ, ਅਸੀਂ ਵੀ ਵਧੀਆ ਪੜ੍ਹਾਈ ਕਰੀਏ। ਤੋ ਸੋ ਜਿਸ ਤਰ੍ਹਾਂ ਦੀ ਕੱਲ੍ਹ ਜਿਹੜੀ ਬੱਚੀ ਸੀਗੀ ਉਸ ਤਰ੍ਹਾਂ ਉਸਨੂੰ ਰੈਸਕਿਊ ਕੀਤਾ ਗਿਆ, ਅਤੇ ਇਸ ਤਰ੍ਹਾਂ ਦਾ ਕੋਈ ਹੋਰ ਮਾਮਲਾ ਉਹ ਸਾਹਮਣੇ ਨਾ ਹੀ ਆਵੇ ਤਾਂ ਉਹ ਜ਼ਿਆਦਾ ਵਧੀਆ ਹੈ। ਲੁਧਿਆਣਾ ਤੋਂ ਕੈਮਰਾਮੈਨ ਤੁਸ਼ਾਰ ਕਪੂਰ ਦੇ ਨਾਲ ਪ੍ਰਦੀਪ ਭੰਡਾਰੀ, ਨਿਊਜ਼ 18 ਪੰਜਾਬ।